ਆਪਣੇ ਕੱਲ ਵੀ ਵੀਡੀਓ ਪਾਈ ਸੀ 855 ਦੀ 3 ਸਪੀਡ ਦੀ ਸੁਪਰ ਸੀਟਰ ਤੇ ਚੱਲਦੇ, ਉਹ ਵੀ ਇਸ ਤਰ੍ਹਾਂ ਜਿਹੜੀ ਮਲਾਈ ਕਰਦਾ ਗਾ ਪਿੱਛੋਂ, ਜਿਵੇਂ ਉਹ ਕਰਚੇ ਰਹਿੰਦੇ ਆ। ਆਹ ਦੇਖ ਲਓ ਤੁਸੀਂ ਦੋਸਤੋ, ਵੀ ਅੱਗ ਲੱਗੀ ਤੋਂ ਬਾਅਦ ਵੀ ਜਿਹੜੇ ਕਰਚੇ ਥੋੜ੍ਹੇ ਮੋਟੇ ਰਹਿ ਜਾਂਦੇ ਹਜੇ, ਵੀ ਜਿਹੜਾ ਪੂਰੀ ਤਰ੍ਹਾਂ ਮਲਾਈ ਹੈ ਜਿਹੜੀ ਉਹ ਹੋ ਨਹੀਂ ਰਹੀ। ਇਹ ਬਾਈ ਹੁਣੀ ਵੀ ਅੱਗ ਲਾ ਕੇ ਕਰਚਿਆਂ ਨੂੰ ਜਿਹੜੇ ਕਣਕ ਬੀਜ ਰਿਹਾ ਹੈ। ਕਿਹੜਾ ਬੀਜ ਬੀਜ ਰਹੇ ਹੋ ਬਾਈ? ਬਾਈ ਦੋਨੇ ਇਕੱਠੀ ਬੀਜ ਰਹੇ ਹੋ ਰਲਾ ਕੇ? ਠੀਕ ਹੈ। ਇਹ ਬਾਈ ਹੁਣੀ ਦੋਨੇ ਬੀਜ ਬੀਜ ਰਹੇ ਆ, 30, 86 ਤੇ 29, 67 ਜੀ। ਔਲੈਂਡ ਸਪੈਸ਼ਲ ਐਡੀਸ਼ਨ ਨਾਲ 20 ਮਾਡਲ ਆ, ਅਤੇ ਸੁਪਰ ਹੀਟਰ ਜਗਤਜੀਤ ਵਾਲਿਆਂ ਦਾ 21 ਮਾਡਲ ਆ, ਬਿਲਕੁਲ ਨਵਾਂ ਸੁਪਰ ਹੀਟਰ ਹੈਗਾ। ਬੜਾ ਚੱਕਰ ਵੀ ਘਟਾਈ ਫਿਰਦਾ ਹੈ ਨਾ, ਰੇਸ ਵੀ ਘੱਟ ਆ, 1300 ਚੱਕਰ ਤੇ ਚੱਲਦਾ। ਠੀਕ ਆ। ਸਹੀ ਗੱਲ ਆ, ਠੀਕ ਹੈ। ਥੋੜਾ ਡੂੰਘਾ ਘੱਟ ਨਹੀਂ ਜਾ ਰਿਹਾ ਕਿਵੇਂ ਲੱਗਦਾ ਗਾ? ਦੋਸਤੋ ਕਰ ਦਿੰਦੇ ਨਾ ਪੀੜੀ ਨੂੰ ਵੱਧ ਤੋਂ ਵੱਧ, ਫਿਰ ਲਾਈਵ ਚੱਲੀ ਜਾਂਦਾ ਗਾ ਨਾਲ ਦੀ ਨਾਲ। 8 ਬੁੱਢਾ ਸੁਪਰ ਹੀਟਰ ਹੈ ਨਾ ਜਗਤਜੀਤ ਵਾਲਿਆਂ ਦਾ। ਅਸਲ ਲੋਡ ਤਾਂ ਨਾ ਅੱਗ ਲਾ ਕੇ ਲੋਡ ਆਉਂਦਾ ਨਾ ਕੰਮ, ਠੀਕ ਹੈ। ਜਿਵੇਂ ਉਹ ਕੱਲ੍ਹ 855 ਵੀ ਚਲਾਇਆ ਸੀਗਾ, ਉਹ ਵੀ ਮਤਲਬ ਕਿ ਉੱਚਾ ਨੀਵਾਂ ਦਾ ਥਾਂ ਕਰ ਦਿੰਦੇ ਨੇ। ਅੱਗ ਲਾਏ ਬਿਨਾਂ ਹੱਲ ਹੀ ਹੈ ਨੀ ਕੋਈ, ਹੱਲ ਨੀ ਹੈਗਾ ਬਾਈ। ਕਿਸੇ ਦੜਕੀਆਂ ਪਾ ਦਿੰਦਾ ਫਿਰ ਪਾਣੀ ਨੀ ਚੜ੍ਹਦਾ ਹੈਗਾ, ਠੀਕ ਹੈ। ਉਹ ਪ੍ਰੋਬਲਮਾਂ ਵਾਲੀਆਂ ਆਉਂਦੀਆਂ ਨੇ। ਅਤੇ ਸਾਨੂੰ ਬਾਕੀ ਮੋਟਰ ਦਾ ਦਿਖਾਉਣੇ ਵੀ ਕਿਸ ਤਰ੍ਹਾਂ ਟਰੈਕਟਰ ਜਿਹੜਾ ਦੂਰੋਂ ਉੱਠਦਾ ਜਾਂ ਨਾ। ਅੱਗ ਲਾ ਕੇ ਜਿਹੜਾ ਬਾਈ ਬੀਜ ਰਹੇ ਨੇ ਪਰਾਲੀ ਨੂੰ, ਕਰਚੇ ਖੜ੍ਹੇ ਕਰਚਿਆਂ 'ਚ, ਉੱਤੋਂ ਲਿੱਦ ਲਿੱਦ ਜਿਹੜੀ ਉਹ ਮਚਾਈ ਹੋਈ ਆ। ਪੂਰੇ ਬੈਂਪਰ 'ਤੇ ਵੇਟ ਆ ਜਿਹੜਾ ਉਹ ਵੀ ਲਾਇਆ ਹੋਇਆ। ਵੇਟ ਕਿੰਨਾ ਲਾਇਆ ਹੋਇਆ ਇਹਦੇ? 50 ਕਿਲੋ ਵੇਟ ਲਾਇਆ ਹੋਇਆ। 50 ਕਿਲੋ ਵੇਟ ਆ। ਤੁਸੀਂ ਦੇਖ ਸਕਦੇ ਜਗਤਜੀਤ ਸੁਪਰ ਹੀਟਰ ਦੀ ਸਫਾਈ ਆ ਜਿਹੜੀ ਪਿੱਛੇ ਕਿੰਨੀ ਕੁ ਆ ਰਹੀ ਆ। ਬਾਕੀ ਜਦੋਂ ਆਪਾਂ ਜਿਹੜੇ ਚੱਕਰ ਆ ਟਰੈਕਟਰ ਕਿੰਨੀ ਕੁ ਰੇਸ 'ਤੇ ਚੱਲਦਾ ਉਹ ਵੀ ਦਿਖਾਉਂਦੇ ਹੈਗੇ। ਬਾਈ ਕਹਿੰਦੇ 1200-1300 ਚੱਕਰ 'ਤੇ ਚੱਲਦਾ ਜਾਵਾਂ, ਹੌਲੀ ਸ਼ੁਰੂ ਲਈ ਫਿਰਦਾ ਗਾ। ਕਰ ਦਿਓ ਕਰਾਂ ਫੇਰ ਦੱਬ ਕੇ।
ਬਿਲਕੁਲ ਨਵਾਂ ਸੁਪਰ ਲੀਟਰ ਆ। ਇਹਤੋਂ ਪਹਿਲਾਂ ਕਿੰਨਾ ਕਵਾਣ ਬੀਜਦਾ ਹੁਣ ਤੱਕ ਤੁਸੀਂ? ਪੰਜ ਕਿੱਲੇ ਵੀ ਸ਼ੁਰੂ ਹੀ ਕੀਤਾ ਕੰਮ। ਵਧੀਆ ਚੱਲ ਰਿਹਾ ਸੁਪਰ ਲੀਟਰ? ਦੋਸਤੋ ਜਿਹੜੀ ਮਲਾਈ ਆ ਤੁਸੀਂ ਉਹ ਵੀ ਦੇਖ ਲਓ, ਕਰਕੇ ਤਾਂ ਰਹਿੰਦੀ ਹੈ ਕਿ ਵੀ ਅੱਗ ਲਾਏ ਬਿਨਾਂ ਇਸ ਚੀਜ਼ ਦਾ ਹੱਲ ਹੈ ਹੀ ਨਹੀਂ ਕੋਈ। ਬਾਈ ਕਹਿੰਦੇ ਫਿਰ ਵਜਨ ਵੀ ਨਾ ਵਾਹਵਾ ਹੋ ਜਾਂਦਾ ਨਾ, ਮੋਟਰ ਜਿਹਾ ਹਲਿਆ ਦਿੰਦਾ ਮੂਹਰੋਂ। ਬਹੁਤ ਹੋ ਜਾਣਾ ਇੰਨਾ ਵਜਨਾ ਬਾਈ, ਹਜੇ ਵੀ ਕੋਈ ਵੀ ਇਹੋ ਜਿਹਾ ਸੁਪਰ ਫੀਡਰ ਨਹੀਂ ਗਾ ਹੈਗਾ ਵੀ ਜਿਹੜਾ ਪੂਰੀ ਮਲਾਈ ਕਰ ਸਕੇ। ਕੋਈ ਵੀ ਕੰਪਨੀ ਦਾ ਸੁਪਰ ਫੀਡਰ ਮਲਾਈ ਕਰਦਾ ਨਹੀਂ ਚੰਗੀ ਤਰ੍ਹਾਂ, ਚੰਗੀ ਤਰ੍ਹਾਂ ਮਲਾਈ ਹੋਰ ਨਹੀਂ ਮਿਲਦੀ। ਮਲਾਈ ਦੇ ਜੂਹ ਪੱਤੀਆਂ ਲੱਗੀਆਂ ਹੋਈਆਂ ਨੇ ਬਾਈ, ਬਾਈ ਉਹ ਨੀ ਕਹਿ ਰਹੇ ਜੇ ਤੇਲ ਮਹਿੰਗੇ ਹੋਈ ਜਾਂਦੇ ਦਿਨੋਂ ਦਿਨ, ਖਰਚੇ ਵਧੀ ਜਾਂਦੇ ਜੱਟਾਂ ਨੂੰ, ਇਹ ਤਾਂ ਕਰਕੇ ਅੱਗ ਲਾਉਣੀ ਪੈ ਰਹੀ ਹੈਗੀ। ਜੇ ਸਰਕਾਰ ਇਹ ਸਭ ਕੁਝ ਦੇਵੇ ਤਾਂ ਇਹ ਕਾਰਨ ਹੋ ਹੀ ਨਹੀਂ ਸਕਦਾ ਵੀ ਤੇਲ 'ਤੇ ਸਬਸਿਡੀ ਹੋਵੇ, ਜਿਵੇਂ GST ਲੱਗ ਜੇ ਤੇਲ 'ਤੇ। ਅੱਜ ਮਤਲਬ ਪੈਟਰੋਲ ਦਾ 112 ਹੋ ਗਿਆ, ਕਿੰਨੇ ਹੋ ਗਿਆ? 100 ਰੁਪਏ 100 ਤੋਂ ਟੱਪ ਗਿਆ, 100 ਡੀਜ਼ਲ ਹੋ ਗਿਆ। ਕੱਲ ਬਾਅਦ ਨਵਾਂ ਕਰਕੇ ਤਾਂ ਕਰਕੇ ਥੋੜਾ ਜਿਹਾ ਹੋ ਗਿਆ, ਕੱਲ ਲੱਗੇ ਵੀ ਲੇਟ ਸੀਗੇ। ਜੇ 17-18 ਸੌ ਚੱਕਰ ਦੇ ਚੱਲੇ ਮੈਂ ਕਹਿੰਦਾ ਵਿੱਚ ਮਿਲਿਆ ਦੇਣਾ ਸਮਾਰ ਕੇ। ਤੇਲ ਮਹਿੰਗੇ ਨੂੰ ਤਾਂ ਕਰਕੇ ਮੈਂ ਕਹਿੰਦਾ ਇੱਕ ਜੱਟ ਦਾ ਜੀ ਸਰਸਾ ਹੀ ਕਰਦੇ ਨੇ ਗੇ, ਵੀ ਕਿੱਥੇ ਹੁਣ ਬਜਾਈਆਂ ਵਾਲੇ ਨਹੀਂ, ਉਹਨੂੰ ਬਾਅਦ ਜੇ ਨਾ ਬੀਜੇ ਹੁੰਦਾ ਬਾਈ। ਸਹੀ ਗੱਲ ਆ, ਚਾਰੇ ਪਾਸੇ ਮਹਿੰਗਾਈ ਨੇ ਲੱਖ ਤੋੜ ਕਰ ਲਿਆ ਜਮਾ, ਉੱਥੋਂ ਦਿਨੋਂ ਦਿਨ ਸੰਦ ਮਹਿੰਗੀ ਬਾਈ ਚੱਲਦਾ ਹੈਗਾ ਇੱਥੇ। ਵੀਰ ਜੀ ਕੋਈ ਜ਼ਿਆਦਾ ਫਰਕ ਪੈਂਦਾ ਗਾ? ਜਗਦੀਪ ਵਾਹ ਵਾਹੀ ਚ ਫਰਕ ਪੈਂਦਾ ਗਾ, ਕਰ ਦੋ ਫਿਰ ਬਾਈ ਦੱਬ ਕੇ ਗਰਾਂ। ਕੁਲਵੀਰ ਸੰਧੂ ਬਾਈ ਛਿੜਕੀ ਨੂੰ
ਉਰੇ ਨੂੰ ਆ ਜਾ ਮਾੜਾ ਜਿਹਾ ਖੜ ਕੇ ਸੁਣਦਾ ਨਹੀਂ ਪਤਾ ਵੀ ਉਹਨੇ ਅਸਰ ਕੀਤਾ ਨਹੀਂ ਪੂਰਾ ਖੜੇ ਨੇ ਜਾਣ ਚ ਕਰਕੇ ਜੇ ਬੰਦਾ ਬੀਜ ਵੀ ਲੈ ਤੇਲ ਮਹਿੰਗੇ ਨੇ ਬਾਈ ਹੱਲ ਕਰ ਲੈ ਹੁਣ ਉਹਦੇ ਨਾਲ ਕੇਰਾਂ ਲਾ ਕੇ ਅਗਲਾ ਪਾਸੇ ਤੇ ਹੋ ਜਾਂਦਾ ਅੱਗ ਚੱਲ ਤੇਲ ਦੀ ਬੱਚਤ ਹੋ ਜਾਂਦੀ ਆ ਹੁਣ ਮਾੜਾ ਜ਼ਿਮੀਂਦਾਰ ਟਰੈਕਟਰ ਨਹੀਂ ਲੈ ਸਕਦਾ ਨਾ ਸੁਪਰ ਸੀਡਰ ਲੈ ਸਕੇ ਭਰਾਵਾ ਉੱਤੋਂ ਸਰਕਾਰ ਦਿਨੋ ਦਿਨ ਤੇਲ ਚੱਕਦੀ ਦਿੰਦੀ ਆ ਰੋਜ਼ 2-2.5 ਰੁਪਏ ਚੱਕ ਦਿੰਦੇ ਉਹ ਕਰਦਾ ਕੀ ਕਹਿੰਦਾ ਹੈਗਾ ਹੋਰ ਜਿਆਦਾ ਘਟਣਾ ਪੈਂਦਾ ਉੱਧਰ ਫਿਰ ਬੰਦ ਕਰ ਸਿਰੇ ਤੇ ਲਾਉਂਦਾ ਹੈਗਾ ਸਿਰੇ ਤੇ ਮਾਡਲ ਟਰੈਕਟਰ ਆ ਜੀ ਸਪੈਸ਼ਲ ਐਡੀਸ਼ਨ 36-30 ਅਤੇ ਜਗਤਜੀਤ ਦਾ ਸੁਪਰ ਸੀਡਰ ਹੈਗਾ 21 ਮਾਡਲ ਆ ਠੀਕ ਹੈ ਸੜਕ ਤੇ ਖੜੇ ਮੈਂ ਦੇਖ ਲਏ ਮੈਂ ਕਣਕ ਬੀਜੀ ਜਾਂਦੇ ਨੇ ਇਹਨੇ ਹੱਥ ਮਾਰਤਾ ਸੁਪਰ ਸੀਡਰ ਨਾ ਰੂਟਾ ਵੇਟਰ ਨਾ ਅੱਛਾ ਇਹਦਾ ਹੁਣ ਅੱਗ ਲੱਗੀ ਹੋਈ ਨਾ ਇਹਨੂੰ ਆਹ ਹਾਲ ਹੋ ਜਾਂਦਾ ਬਿਨਾ ਲਿੱਤ ਨੂੰ ਅੱਗ ਲਾਏ ਬਿਨਾ ਆਹ ਦੇਖ ਲਾ ਪਰਾਲ ਦੇ ਥੱਬੇ ਪਹਿਲਾਂ ਮਾਰ ਕੇ ਪੰਗੇ ਲੈ ਕੇ ਹੇਠ ਦੇਖਿਆ ਕਿਹੜੀ ਕਣਕ ਬੀਜ ਰਹੇ 29-67 ਤੇ 30-86 ਮੈਕਸ ਕਰਕੇ ਬਾਈ ਬੀਜ ਰਹੇ ਨੇ 30-86 ਤੇ 29-67 ਤੈਨੂੰ ਵਿਖਾਉਣਾ ਬਾਕੀ ਜਿਵੇਂ ਇਹਦੇ ਪਿੱਛੇ ਸਫਾਈ ਕਿੰਨੀ ਕੁ ਦਿੰਦਾ ਸੁਪਰ ਸੀਡਰ ਇਹ ਪਹਿਲਾਂ ਪਾਈਆਂ ਨੇ ਪੰਗੇ ਲੈ ਕੇ ਦੇਖਿਆ ਵੀ ਕਹਿੰਦੇ ਐਂ ਲੰਘ ਜੂ ਜਾਣਾ ਤੇ ਹੁਣ ਤਾਂ ਕਰਕੇ ਅੱਗ ਲਾ ਕੇ ਬਾਈ ਬੀਜ ਰਹੇ ਨੇ ਵੀ ਕੋਈ ਹੱਲ ਹੀ ਨਹੀਂ ਅੱਗ ਲਾਏ ਬਿਨਾਂ ਪਰਾਲੀ ਨੂੰ ਹੈਗਾ ਵੀ ਬਾਅਦ 'ਚ ਸੁੰਡੀ ਪੈ ਜਾਂਦੀ ਆ ਕੁਲਵਿੰਦਰ ਬਾਈ ਕਹਿੰਦਾ ਕਿਹੜੀ ਕਣਕ ਬੀਜ ਰਹੇ 30-86 ਦੇ ਬਾਈ 29-67 ਬੀਜ ਰਹੇ ਨੇ ਬਾਈ ਐਕਟ ਕਰਕੇ ਇੱਥੇ ਪਤਾ ਲੱਗਦਾ ਸੁਪਰ ਸੀਡਰ ਚੱਲਦੇ ਦਾ ਵੀ ਕਿਹੜਾ ਸਫਾਈ ਦਿੰਦਾ ਕਿਹੜਾ ਨਾ ਠੀਕ ਹੈ ਦਵਾਈ ਛਿੜਕ ਕੇ ਬਾਅਦ ਮਤਲਬ ਕਿ ਦੇ ਰਿਹਾ ਸੀ ਮੀਟਰ ਠੀਕ ਹੈ ਪਿੰਡ ਭੈਣੀ ਦੱਸੋ ਜੀ ਬਰਨਾਲਾ ਜ਼ਿਲ੍ਹਾ ਤਿੰਨਾਂ ਭੈਣੀ ਕਾਲੇ ਕੇ ਤਿੰਨ ਪਿੰਡ ਪੈ ਜਾਂਦੇ ਨੇ ਘਨੌਲੇ ਦੇ ਨਾਲ ਅੱਠ ਬੁੱਢਾ ਸੁਪਰ ਸੀਡਰ ਆ ਜਗਤਜੀਤ ਵਾਲਿਆਂ ਦਾ ਕਰਦੇ ਫੇਰ ਬਾਈ ਦੱਬ ਕੇ ਉਹਨੂੰ ਮਾਸਟਰ ਇਹੀ ਜੀ ਦਿਖਾਉਂਦਾ ਵੀ ਜਿਵੇਂ ਪਰਾਲੀ ਨੂੰ ਅੱਗ ਲਾਏ ਬਿਨਾਂ ਕੋਈ ਹੱਲ ਹੈ ਹੀ ਨਹੀਂ ਇਹਦਾ ਦੇਖ ਰਹੇ ਹੋ ਪੀਲੀ ਊਸਾ ਦੇ ਕਰਕੇ ਹਜੇ ਵੀ ਜਿਹੜੇ ਹਰੇ ਖੜੇ ਨੇ ਡੀਕੰਪੋਜਰ ਵਾਲੀ ਜਿਹੜੀ ਸਪਰੇ ਆ ਉਹ ਛਿੜਕੀ ਹੋਈ ਆ ਉਹ ਕਹਿੰਦੇ ਵੀ ਕਰਕੇ ਗਾਲ ਦੂਗੀ ਆਹ ਤੁਸੀਂ ਦੇਖ ਸਕਦੇ ਹੋ ਉਵੇਂ ਚੁੱਕਰ ਜਿਹੜੇ ਕਰਕੇ ਹਰੇ ਦੇ ਹਰੇ ਖੜੇ ਨੇ ਕੋਈ ਹੱਲ ਹੈ ਹੀ ਨਹੀਂ ਸੀਖ ਬਿਨਾਂ ਹੋ ਜਾਂਦਾ
ਆ ਸਾਰੀ ਪਰਾਲੀ ਉਹ ਚੱਕਰ ਪਈ ਆ ਮਾਂਗਰ ਹੁਣ ਜਿਵੇਂ ਇੱਥੇ ਹੋਣਾ ਪਰਾਲੀ ਨੂੰ ਅੱਗ ਲੱਗੀ ਹੋਈ ਇੱਥੇ ਇਹ ਮਤਲਬ ਕਿ ਪਰਾਲ ਇਕੱਠਾ ਹੁੰਦਾ ਕਿੱਥੋਂ ਲੰਘਦਾ ਸੁਪਰ ਹੀਟਰ ਇਹਦਾ ਉੱਚੀਆਂ ਨੀਵੇਂ ਢੇਰੀਆਂ ਜਿਹੀਆਂ ਬਣਾ ਦਿੰਦਾ ਪਾਣੀ ਨੀ ਚੜਦਾ ਕੋਈ ਬਾਕੀ ਝੂਹੇ ਬੜੀ ਜਾਂਦੇ ਬਾਅਦ ਚ ਕੁੰਡ ਪੈ ਜਾਂਦਾ ਮੁੰਡੇ ਆਇਆ ਬਈ ਮੈਂ ਹੰਢਾਏ ਤੋਂ ਬਈ ਕਹਿੰਦਾ ਲੱਕੀ ਬਾਜਵਾ ਰਜਿੰਦਰ ਸਿੰਘ ਸਰਾ ਗੁੱਡ ਕੋਈ ਵੀ ਕੰਪਨੀ ਦਾ ਸੁਪਰ ਹੀਟਰ ਆ ਜਿਹੜਾ ਮਤਲਬ ਕਿ ਮਿੱਟੀ 'ਚ ਤਾਂ ਮਿਲਾਇਆ ਹੀ ਨਹੀਂ ਸਕਦਾ ਪਰਾਲੀ ਨੂੰ ਵੈਸੇ ਜਿੱਡਾ ਮਰਜ਼ੀ ਟਰੈਕਟਰ ਹੋਵੇ ਜਿੱਡਾ ਮਰਜ਼ੀ ਸੁਪਰ ਹੀਟਰ ਹੋਵੇ ਆਹ ਹਾਲ ਤਾਂ ਹਰੇਕ ਪਿੱਛੇ ਹਰੇਕ ਸੁਪਰ ਹੀਟਰ ਪਿੱਛੇ ਹੋਣਾ ਹੀ ਹੋਣਾ ਗਾ ਜਿਵੇਂ ਕੱਲ੍ਹ ਵੀ ਦੇਖਿਆ ਜੀ ਜਿਵੇਂ 800 ਆਇਆ ਸੀ ਨਵੇਂ ਦਾ ਡੈਮੋ ਸੀ ਕੱਲ੍ਹ ਪਿੰਡ ਕੋਟੜ ਉਹਦੇ ਪਿੱਛੇ ਵੀ ਆਹ ਚੀਜ਼ ਰਹਿੰਦੀ ਸੀ ਐਵੇਂ ਚੁੱਕਰ ਆਹ ਤੁਸੀਂ ਦੇਖ ਸਕਦੇ ਹੋ ਇੱਥੋਂ ਦਾ ਸੁਪਰ ਹੀਟਰ ਲੰਘਿਆ ਹੋਇਆ ਜਗਤਜੀਤ ਦਾ ਸੁਪਰ ਹੀਟਰ ਹੈ ਕੰਪਨੀ ਦਾ ਅਤੇ ਵੀਰ ਹੋਣੀ ਜਿਵੇਂ ਦੱਸ ਹੀ ਰਿਹਾ ਕਹਿੰਦੇ ਅੱਗ ਲਾਏ ਬਿਨਾਂ ਕੋਈ ਹੱਲ ਹੈ ਹੀ ਨਹੀਂ ਪਰਾਲੀ ਨੂੰ ਇੱਕ ਉੱਤੋਂ ਤੇਲ ਮਹਿੰਗੇ ਹੋ ਗਏ ਦਿਨੋਂ ਦਿਨ ਹੁਣ 100 ਰੁਪਏ ਤੋਂ ਪਲੱਸ ਹੋ ਗਿਆ ਤੇਲ ਵੀ ਇੱਕ ਅਨੁਸਾਰ ਦਿਨ ਟੱਕਰਾ ਮਾਰਕੀਟ ਹੈ ਬਾਈ ਕਹਿੰਦਾ ਬੀਜ ਰਿਹਾ ਬਸ ਇਸ ਰੇਟ ਨਹੀਂ ਕਹਿੰਦੇ ਵੀ ਵਾਹੇ ਬਿਨਾਂ ਵਰਗੀ ਮੌਤ ਕਿੱਥੇ ਸੀ ਬਾਕੀ ਜੇ ਤੋਰਾ ਜਿਹੜਾ ਟਰੈਕਟਰ ਦਾ ਉਹ ਵੀ ਵੇਖ ਸਕਦੇ ਹੋ ਚੱਲਦਾ ਦੂਰੋਂ ਤੁਹਾਨੂੰ ਵਿਖਾਉਂਦੇ ਆਪਾਂ 20 ਮਾਡਲ ਟਰੈਕਟਰ ਆ 21 ਮਾਡਲ ਸੁਪਰ ਹੀਟਰ ਆ ਬਿਲਕੁਲ ਨਵਾਂ ਉਦੋਂ ਲਈ ਜਾਂਦਾ ਕਿਰਪਾਲ ਦਾ ਦਾਣੇ ਢੋਈ ਜਾਂਦਾ ਉਹਦੇ ਪੀਪੇ 'ਚ ਕਿਵੇਂ ਜੀ ਇੱਕ ਪਾਸੇ ਤਾਂ ਸਰਕਾਰਾਂ ਕਹੀ ਜਾਂਦੀਆਂ ਨੇ ਵੀ ਰੇਹ ਘੱਟ ਕਰ ਦਿਓ ਦਵਾਈਆਂ ਘੱਟ ਕਰੋ ਹੁਣ ਕਿਹੜੀਆਂ UPL ਦੀ ਦਵਾਈ ਆਈ ਇਹ ਤਾਂ ਬਈ ਵੱਧਦੀ ਪੈਣੀ ਆ ਇਹ ਹੁਣ ਫਸਲਾਂ 'ਤੇ ਦਵਾਈਆਂ ਹੀ ਹੋ ਰਹੀਆਂ ਨੇਗੀਆਂ ਠੀਕ ਆ ਮਾਰ ਉਹਨੇ ਕੋਈ ਅਸਰ ਦਿਖਾਇਆ ਨਹੀਂ ਚੀਜ਼ ਨੇ ਠੀਕ ਆ ਮੋਜਰ ਨੇ ਇਹ ਕਿ ਸਰਕਾਰ ਨੂੰ ਆਏ ਹਾਂ ਵੀ ਅਸੀਂ ਪਰਾਲੀ ਖਤਮ ਕਰ ਦਾਂਗੇ ਅਸੀਂ 11 ਵਾਹਣ ਦਾ ਉਹਨੂੰ ਛੱਡ ਕੇ ਭਾਵਾਂ ਦੀ ਦੇਖ ਲਿਓ ਵੀ ਕਿੰਨਾ ਟਾਈਮ ਆ ਅਤੇ ਖਤਮ ਕਰਦੀ ਆ ਉਦੋਂ ਨੂੰ ਬਾਈ ਕਿਦਣ ਉਹਨੇ ਖਤਮ ਕਰਨਾ ਉਦੋਂ ਨੂੰ ਵਰਤ ਲੰਘ ਜੀ ਹੁਣ ਤੁਸੀਂ ਆਹ ਦੇਖ ਲਓ ਇਹਦੇ ਸਿੜਕੀ ਸੀ ਹੁਣ ਇਹ 'ਚ ਦੇਖ ਲਓ ਤੁਸੀਂ ਕਿੰਨੀ ਕੁ ਗਿੱਲ ਆ ਇਹਦੇ ਕਿੰਨੇ ਦਿਨ ਹੋ ਗਏ ਸਿੜਕੀ ਨੂੰ ਇਹ ਤੇ 20 ਦਿਨਾਂ ਦੇ ਲਗਭਗ ਹੋ ਗਿਆ ਹੋਊਗਾ ਬਾਈ ਠੀਕ ਆ ਵੱਡੀ ਨੂੰ ਹਾਂ ਤੇ ਹਜੇ ਵੀ ਮਤਲਬ ਕਿ ਨਸ਼ਟ ਹੋ ਹੀ ਨਹੀਂ ਜਿਵੇਂ ਉਹ ਕਹਿ ਰਹੇ ਜਿਵੇਂ ਨਸ਼ਟ ਹੋ ਜੂ ਪਰਾਲੀ ਵਿੱਚ ਬਾਈ ਵੱਤ ਲੰਘ ਜੂਗੀ ਇਹਦੀ ਠੀਕ ਆ ਬੀਜਣ ਦੀ ਜਿਵੇਂ ਉਹ ਆਪਣੇ ਉਹ ਲਾਈਨ 'ਚ ਦੇਖਿਆ ਤੁਹਾਡਾ ਟਰਾਇਲ ਲਾ ਹੋਇਆ ਸੀ ਸੁਪਰ ਹੀਟਰ ਨਾ ਇਹ ਗਲੀ ਨਹੀਂ ਹੈਗੀ ਪਰਾਲੀ ਗਲੀ ਨਹੀਂ ਗੀ ਹੈਗੀ ਗਲਤੀ ਨਹੀਂ ਹੈਗੀ ਬਾਈ ਕਾਣੋ ਠੀਕ ਆ ਜੇ ਉਹਨਾਂ ਦੇ ਹਿਸਾਬ ਨਾਲ ਗੱਲ ਨਹੀਂ ਆ ਫਿਰ ਤਾਂ ਰੌਣੀ ਕਰਨੀ ਪਊ ਦੁਬਾਰੇ ਫਿਰ ਤਾਂ ਕਣਕ ਵੀ ਪਹੁੰਚ ਪਈ ਜੀ ਵੱਤ ਲੰਘ ਜਾਂਦੀ ਆ ਤੇ ਜਿਵੇਂ ਬਾਈ ਕਹਿੰਦੇ ਕਣਕ ਕਹਿੰਦਾ ਪਹੁੰਚ ਬੀਜੂਗੀ ਇਹੀ ਹਾਲ ਹੈਗਾ ਉਹ ਚੀਜ਼ ਦਾ ਮਤਲਬ ਕਿ ਉਹ ਗਾਲ ਨਹੀਂ ਰਹੀ UPL ਦੀ ਇੱਕ ਮੈਂ ਵੀ ਟਰਾਇਲ ਦੇਈ ਜਾਂਦੇ ਨੇ ਖੇਤਾਂ 'ਚ ਜਾ ਜਾ ਐਤਕੀ ਬਾਈ 20 ਆ ਗਾਹਣ ਉਹੀ ਰੁਪਈਆਂ ਦੀ ਹੋ ਜੂਗੀ ਉਹੀ ਦਵਾਈਆਂ ਤਾਂ ਉਹੀ ਬਾਈ ਸਾਰੀਆਂ ਮਹਿੰਗੀਆਂ ਹੋ ਗਈਆਂ ਤੋਰੇ ਤੇਲ ਸਪਰੇ ਸਭ ਕੁਛ ਹੀ ਮਹਿੰਗਾ ਹੋਇਆ ਪਿਆਗਾ ਮਹਿੰਗਾ ਹੋ ਗਿਆ ਬਾਈ ਇੱਕ ਹੁਣ ਤਾਂ ਨਾਂ ਦੇ ਜੱਟ ਜ਼ਿਮੀਂਦਾਰ ਨੇਗੇ ਭਰਾਵਾ ਜਿਵੇਂ ਕਹਿੰਦੇ ਨੇ ਠੱਗ ਠਗਾ ਜਿਹਾ ਚੱਲੀ ਜਾਂਦਾ ਬਸ
ਕਰਦਿਆਂ ਦਾ ਕੀਤਾ ਯਾਰ ਬਾਈ, ਹੋਰ ਕੋਈ ਹੈ ਨਹੀਂ ਯਾਰ, ਬਸ ਡੰਗਾ ਜਿਹਾ ਲਾਉਂਦੇ ਹਾਂ, ਹੋਰ ਕੁਛ ਨਹੀਂ ਹੈਗਾ ਇੱਕ ਹੁਣ। ਨਾ ਜੀ ਨੌਕਰੀਆਂ ਨੇ ਭਰਾਵਾ, ਵੀ ਨੌਕਰੀ 'ਤੇ ਲੱਗ ਜਾਵਾਂਗੇ। ਅਤੇ ਤੁਹਾਡੀ ਕੀ ਕੁਆਲੀਫਿਕੇਸ਼ਨ ਕੀਤੀ ਹੋਈ ਆ? ਮੇਰੀ ਵੀਰੇ BA ਕਰੀ ਹੋਈ ਆ। BA ਕਰੀ ਹੋਈ, ਓਕੇ। ਘਰ ਦੇ ਖੇਤੀ ਆ? ਘਰ ਦੇ ਖੇਤੀ ਆ ਬਈ। ਅਤੇ ਨੌਕਰੀਆਂ ਵੀ ਦੇ ਨਹੀਂ ਰਹੀ ਕੋਈ ਸਰਕਾਰ ਕਿਸੇ ਪਾਸੇ ਨਹੀਂ? ਜੇ ਮਾਸਟਰਾਂ ਟੈਂਕੀਆਂ 'ਤੇ ਚੜ੍ਹੇ ਫਿਰਦੇ ਨੇ, ਉਹ ਹਾਲ ਹੋਇਆ ਪੈਸਾ ਉਹਦੇ। ਕਿਸਾਨ ਨਾ ਧਰਨੇ 'ਤੇ ਆ, ਧਰਨੇ 'ਤੇ ਵੀ ਭਰਾਵੋ ਵੱਧ ਤੋਂ ਵੱਧ ਪਹੁੰਚੋ, ਇਹੀ ਆ ਵੀ ਬਿੱਲ ਜਿਹੜੇ ਮਾਫ਼ ਕਰਾ ਸਕੀਏ। ਅੱਗ ਲਾਏ ਬਿਨਾਂ ਤਾਂ ਹੱਲ ਹੈ ਹੀ ਨਹੀਂ ਕਿਸੇ 'ਚ ਇਹਨੂੰ, ਪਰਾਲੀ ਨੂੰ। ਜਿਹੜੇ ਵੱਡੇ ਵੱਡੇ ਵਿਦਵਾਨ ਕਹਿੰਦੇ ਵੀ ਗਲ ਜਾਊ, ਉਹ ਇੱਥੇ ਆ ਕੇ ਦੇਖ ਲੈਣਾ ਵੀ ਗਲ ਦੇਣ ਪਰਾਲੀ 4 ਦਿਨਾਂ ਦੇ ਅੰਦਰ, ਫਿਰ ਹੱਲ ਤੁਹਾਡੇ ਸਿਰ 'ਤੇ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਵਾਂਗੇ ਨਾ ਵੀ। ਤੇਲ ਤੂਣੀ ਘਟਾ ਦੇਣ ਬਾਈ, ਦਵਾਈਆਂ ਘਟਾ ਦੇਣ, ਜੱਟਾਂ ਦੇ ਪੁੱਤ ਆਪਣੀ ਨੌਕਰੀ 'ਤੇ ਲੱਗ ਜਾਣਗੇ, ਆਪਣੀ ਨਾਲੇ ਤਾਂ ਕਿਵੇਂ ਕਹਿੰਦੇ ਨਸ਼ੇ ਘੱਟ ਜਾਣਗੇ ਭਰਾਵਾ, ਹੁਣ ਖੁਦਕੁਸ਼ੀਆਂ ਕਰਨੋਂ ਘੱਟ ਜਾਣਗੇ, ਹੁਣ ਕਿਤੇ ਰੁਪਈਏ ਨੇਗੇ, ਰੁਪਈਏ ਲੈਂਦੇ ਨਹੀਂ ਖੁਦਕੁਸ਼ੀ। ਹੁਣ ਦਿਨੋਂ ਦਿਨ ਮਹਿੰਗਾਈ ਵਧੀ ਤੁਰੀ ਜਾਂਦੀ ਆ। ਉਹ ਤੇਲ ਨੇ ਜਮ੍ਹਾਂ ਉਹ ਕਰਤਾ ਬਾਈ, ਬਲਾ ਮਹੀਨੇ ਆਹ ਸਾਲ ਸਾਲ ਤੋਂ ਮਿਲਾ 25-30 ਰੁਪਏ ਤੇਲ ਵੱਧ ਗਿਆ, ਕੱਲ੍ਹ ਦਿਖਾਈ ਜਾਂਦੇ ਸੀਗੇ। ਤੋ ਦੋਸਤੋ ਚਲੋ ਠੀਕ ਆ ਜੀ, ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਅਤੇ ਇੰਨਾ ਕੁ ਸੁਨੇਹਾ ਸੀਗਾ ਵੀ ਆਪਣਾ ਵੀ ਜਿਹੜੀ ਪਰਾਲੀ ਹੈਗੀ ਉਹ ਅੱਗ ਲਾਏ ਤੋਂ ਬਿਨਾਂ ਕਿਸੇ ਪਾਸੇ ਵੀ ਲੋਟ ਨਹੀਂ ਆ ਰਹੀ, ਅੱਗ ਲਾ ਕੇ ਹੀ ਲੋਟ ਆਉਂਦੀ ਆ ਪਰਾਲੀ। ਜਾਂ ਪਿੱਛੇ ਤੁਸੀਂ ਵੇਖ ਰਹੇ ਹੈ ਨਹੀਂ ਸਫਾਈ ਐਡੀ ਅੱਗ ਲਾਏ ਤੋਂ, ਅਤੇ ਤੁਸੀਂ ਦੇਖ ਲਓ ਕਰਤਿਆਂ 'ਚ ਬੀਜਦੇ ਨੇ ਅੱਗ ਲੱਗ ਤਾਂ ਇਕੱਲੇ ਲਾਂਗੇ ਲਾਂਗੇ ਜੇ ਨੂੰ। ਚਲੋ ਠੀਕ ਆ ਜੀ, ਓਕੇ।